ਕੀ ਹਾਲ ਆ ਜੀ ਸਾਰੇ ਵੀਰਾਂ ਦਾ। ਅੱਜ ਤੁਹਾਡੇ ਲਈ ਬਹੁਤ ਵਧੀਆ ਚੀਜ਼ ਲੈ ਕੇ ਆਏ ਹਾਂ। ਕਈ ਵੀਰਾਂ ਨੂੰ ਇਸ ਬਾਰੇ ਪਤਾ ਹੋਊਗਾ, ਕਈ ਵੀਰਾਂ ਲਈ ਇਹ ਚੀਜ਼ ਨਵੀਂ ਹੋਊਗੀ। ਜਿਵੇਂ ਕਿ ਵੀਰੇ ਤੁਹਾਨੂੰ ਦਿਖ ਰਿਹਾ ਹੋਊਗਾ ਵੀ ਸਾਈਡਾਂ 'ਤੇ ਕਿੰਨੀਆਂ ਗੱਡੀਆਂ ਵਗੈਰਾ, ਕਿੰਨੇ ਬੰਦੇ ਹੈ ਨਾ ਖੜ੍ਹੇ ਨੇ। ਆਹ ਦੇਖੋ ਇੱਧਰਲੇ ਪਾਸੇ ਵੀ ਕਿੰਨੇ ਜਾਣੇ ਖੜ੍ਹੇ ਨੇ, ਕੋਈ ਕਿਵੇਂ ਆਇਆ, ਕੋਈ ਕਿਤੋਂ ਆਇਆ, ਕੋਈ ਕਿਤੋਂ ਆਇਆ। ਅਤੇ ਆਹ ਨਹੀਂ ਖੜ੍ਹਾ ਜੀ ਬੰਦਾ ਬੱਚਾ, ਠੀਕ ਆ। ਅੱਜ ਆਪਾਂ ਗੱਲ ਕਰਾਂਗੇ ਜੀ ਬੱਚਿਆਂ ਦੀਆਂ ਦੌੜਾਂ ਬਾਰੇ। ਆਪਣੇ ਪਿੰਡ ਹਰਿਓਂ ਕਲਾਂ ਵਿਖੇ ਦੌੜ ਹੋਈ ਕੱਲ੍ਹ, ਇਹ ਸੀਗੀ ਜੀ ਖੀਰੇ ਬੱਚਿਆਂ ਦੀ, ਠੀਕ ਆ ਜੀ। ਬੱਚੇ ਵੀ ਕਈ ਪ੍ਰਕਾਰ ਦੇ ਹੁੰਦੇ ਨੇ, ਜਿੰਨਾ ਕੁ ਮੈਨੂੰ ਪਤਾ ਮੈਂ ਤੁਹਾਨੂੰ ਉਨੀ ਕੁ ਜਾਣਕਾਰੀ ਦੇ ਦੂੰਗਾ। ਇੰਨਾ ਕੋਈ ਬਹੁਤਾ ਮੈਂ ਵੀ ਪੜ੍ਹਿਆ ਲਿਖਿਆ ਨਹੀਂ ਜਾਂ ਮੈਨੂੰ ਵੀ ਇੰਨਾ ਕੋਈ ਬਹੁਤਾ ਗਿਆਨ ਨਹੀਂ ਹੈਗਾ। ਖੀਰੇ ਬੱਚੇ ਹੁੰਦੇ ਨੇ ਜਿਹੜੇ, ਇਹਨਾਂ ਨੂੰ ਕਹਿ ਦਿੰਦੇ ਆ ਵੀ ਦੁੱਧੇ ਦੰਦ ਹੁੰਦੇ ਨੇ, ਠੀਕ ਆ ਜੀ। ਉਹ ਤੋਂ ਬਾਅਦ 'ਚ ਇੱਦਾਂ ਹੁੰਦਾ ਬੱਚਿਆਂ ਦੇ ਦੰਦ ਟੁੱਟਦੇ ਨੇ, ਠੀਕ ਆ ਜੀ, ਅਤੇ ਅੱਗੇ ਦੰਦ ਵੱਧਦੇ ਨੇ, ਫਿਰ ਉਹਨੂੰ ਬੱਚੇ ਨੂੰ ਕਹਿ ਦਿੰਦੇ ਨੇ ਇਹ ਜੀ ਦੁੱਗਾ ਹੋ ਗਿਆ, ਠੀਕ ਆ ਜੀ। ਉਹ ਤੋਂ ਬਾਅਦ 'ਚ ਇੱਦਾਂ ਹੁੰਦਾ ਅਤੇ ਦੋ ਦੰਦ ਹੋਰ ਆ ਜਾਂਦੇ ਆ ਬੱਚੇ ਦੇ, ਫਿਰ ਉਹਨੂੰ ਕਹਿ ਦਿੰਦੇ ਆ ਜੀ ਇਹ ਚੌਗਾ ਹੋ ਗਿਆ, ਠੀਕ ਆ ਜੀ। ਇੱਦਾਂ ਇੱਦਾਂ ਗਾਹਾਂ ਚੱਲੀ ਜਾਂਦਾ, ਫਿਰ ਬੱਚਾ ਛੱਗਾ ਹੁੰਦਾ, ਠੀਕ ਆ ਜੀ। ਫਿਰ ਉਹ ਤੋਂ ਬਾਅਦ 'ਚ ਕਹਿ ਦਿੰਦੇ ਨੇ ਜੀ ਹੁਣ ਇਹ ਪੂਰਾ ਬੱਚਾ ਬਣ ਗਿਆ, ਠੀਕ ਆ ਜੀ, ਜਦੋਂ ਉਹਦੇ ਪੂਰੇ ਦੰਦ ਆ ਜਾਂਦੇ ਆ। ਅਤੇ ਆਪਣੇ ਸੀਗੀ ਖੀਰੇ ਬੱਚਿਆਂ ਦੀ ਦੌੜ ਸੀਗੀ, ਅਤੇ ਆਪਣੇ ਪਿੰਡ ਦੇ ਮੂੰਹਦਵਾਰ ਬੰਦੇ ਹਰਮਿੰਦਰ ਸਿੰਘ ਜੀ, ਜਿਨ੍ਹਾਂ ਨੂੰ ਪਿੰਡ ਦੇ ਵਿੱਚ ਗੋਕੀ ਕਹਿੰਦੇ ਨੇ, ਜਰਮਨ ਤੋਂ ਸੀਗੇ ਇਹ, ਅਤੇ ਹੋਰ ਨਰਿੰਦਰ ਸਿੰਘ ਜੀ, ਠੀਕ ਆ ਜੀ, ਅਤੇ ਬਲਵਿੰਦਰ ਸਿੰਘ ਜੀ, ਹੋਰ ਬਹੁਤ ਸਾਰੇ ਸੱਜਣ ਮਿੱਤਰ, ਜਿਵੇਂ ਕਿ ਅੱਧਨ ਦੇ ਤਾਂ ਮੈਨੂੰ ਵਿਚਾਰਿਆਂ ਦੇ ਨਾਂ ਵੀ ਨਹੀਂ ਪਤਾ ਪੱਕੇ ਕੀ ਨੇ, ਰਵੀ ਹੋ ਗਿਆ, ਠੀਕ ਆ ਜੀ, ਅਤੇ ਹੋਰ ਬਹੁਤ ਜਾਣੇ ਨੇ ਜਿਨ੍ਹਾਂ ਦੇ ਸਹਿਯੋਗ ਨਾਲ ਇਹ ਬੈਲ ਗੱਡੀ ਦੀਆਂ ਦੌੜਾਂ ਕਰਾਈਆਂ ਗਈਆਂ। ਤੁਸੀਂ ਦੇਖ ਸਕਦੇ ਹੋ ਵੀ ਕਿੰਨੇ ਲੋਕ, ਬਹੁਤ ਦੂਰੋਂ ਦੂਰੋਂ ਲੋਕ ਆਏ ਹੋਏ ਸੀਗੇ, ਪਟਿਆਲਾ, ਸਰਹੰਦ, ਹਰਿਆਣਾ, ਇੰਨੀ ਦੂਰੋਂ ਦੂਰੋਂ ਲੋਕ ਆਏ ਹੋਏ ਸੀਗੇ ਦੇਖਣ ਵਾਸਤੇ, ਭਜਾਉਣ ਵਾਸਤੇ ਗੱਡੀਆਂ, ਠੀਕ ਆ ਜੀ। ਅਤੇ ਦੇਖਦੇ ਦਿਖਾਉਂਦੇ ਹਾਂ ਤੁਹਾਨੂੰ ਅੱਗੇ ਸਾਰਾ ਕੁਛ ਕਰ ਦਿਖਾਵਾਂਗੇ, ਗਲਤੀਆਂ ਭੱਜਦੀਆਂ ਵੀ ਦਿਖਾਵਾਂਗੇ, ਸਾਰਾ ਕੁਝ ਦਿਖਾਵਾਂਗੇ, ਜੁੜੇ ਰਹੋ ਵੀਡੀਓ ਦੇ ਨਾਲ, ਠੀਕ ਆ ਜੀ। ਅਤੇ ਬਹੁਤ ਮੇਰੇ ਵੀਰਾਂ ਨੇ ਇੱਥੇ ਦੁਕਾਨਾਂ ਵੀ ਲਾਈਆਂ ਹੈ ਨਾ, ਕਿਉਂ ਜਿਹੜੇ ਵੀਰਾਂ ਨੂੰ ਪਤਾ ਹੁੰਦਾ ਵੀ ਖੇਲ ਕਿਵੇਂ ਕਰਾਈ ਦੀ ਆ ਕਿਵੇਂ ਨਹੀਂ, ਬਹੁਤ ਕੁਛ ਦੇਖਣਾ ਪੈਂਦਾ ਜੀ ਖੇਲ ਕਰਾਉਣ ਬਾਰੇ। ਪਹਿਲਾਂ ਜਦੋਂ ਸਾਡੇ ਖੇਲਾਂ ਹੁੰਦੀਆਂ ਸੀਗੀਆਂ ਤਕਰੀਬਨ ਕਹਿੰਦੇ ਵੀ 30 ਸਾਲ ਹੋ ਗਏ, ਅਤੇ 30 ਸਾਲ ਬਾਅਦ ਅੱਜ ਫਿਰ ਦੁਬਾਰਾ ਬੈਲ ਗੱਡੀ ਦੀਆਂ ਦੌੜਾਂ ਹੋਈਆਂ, ਠੀਕ ਆ। ਬਹੁਤ ਸਤਿਕਾਰਯੋਗ ਪਿੰਡ ਵਾਲੇ ਜਿਨ੍ਹਾਂ ਨੇ ਕਾਰਨ ਦਿੱਤੀਆਂ, ਸਾਰੇ ਲੋਕਾਂ ਨੇ ਸਹਿਯੋਗ ਦਿੱਤਾ, ਠੀਕ ਆ ਜੀ। ਅਤੇ ਬਾਕੀ ਜਿਹੜੇ ਵੀਰ ਆਏ ਇੰਨੀ ਦੂਰੋਂ, ਉਹਨਾਂ ਦਾ ਵੀ ਉਨਾ ਹੀ ਸਹਿਯੋਗ ਹੈ ਇਹਦੇ ਵਿੱਚ। ਅਤੇ ਆਹ ਤੁਸੀਂ ਦੇਖ ਸਕਦੇ ਹੋ ਕਿੰਨੀਆਂ ਦੁਕਾਨਾਂ ਵਗੈਰਾ ਵੀ ਲੱਗੀਆਂ ਹੋਈਆਂ ਨੇ, ਉਹ ਉਹਦੇ ਕਿੱਥੇ ਤੱਕ ਲੋਕ ਖੜ੍ਹੇ ਨੇ। ਅਤੇ ਸੁੱਖ ਨਾਲ ਮੌਸਮ ਵੀ ਵਧੀਆ ਸੀਗਾ, ਕਿਉਂ ਤੁਹਾਨੂੰ ਪਤਾ ਉਹ ਤੋਂ ਪਹਿਲਾਂ ਮੀਂਹ ਵੀ ਕਿੰਨੇ ਪੈ ਰਹੇ ਸੀਗੇ, ਅਤੇ ਉਹਦੇ ਕਰਕੇ ਮੌਸਮ ਸਹੀ ਹੋ ਗਿਆ। ਅਤੇ ਇੱਕ ਗੱਲ ਮੇਨ ਇਹ ਵੀ ਆ ਵੀ ਕਿਤੇ ਵੀ ਕੱਚੇ ਰਾਹ ਨਹੀਂ ਰਹੇ ਹੁਣ, ਬਹੁਤ ਪਿੰਡ ਹੈਗੇ ਨੇ ਜਿਨ੍ਹਾਂ 'ਚ ਬਹੁਤ ਉਤਸ਼ਾਹ ਹੈ ਹੈ ਨਾ, ਬਹੁਤ ਕਹਿੰਦੇ ਨੇ ਵੀ ਖੇਡਾਂ ਹੋਣੀਆਂ ਚਾਹੀਦੀਆਂ ਨੇ, ਬਹੁਤ ਬੰਦੇ ਪਿੰਡ ਦੇ ਵਿੱਚ ਵੀ ਹੁੰਦੇ ਨੇ ਵੀ ਹਾਂ ਬਈ ਇਹ ਚੀਜ਼ ਨੂੰ ਸਹੀ ਮੰਨਦੇ ਨੇ ਵੀ ਹਾਂ ਖੇਡਾਂ ਹੋਣੀਆਂ ਚਾਹੀਦੀਆਂ ਨੇ, ਪਰ ਕੱਚੇ ਰਾਹ ਹੀ ਨਹੀਂ ਰਹੇ ਹੁਣ ਸਾਡੇ ਪਿੰਡ ਕੋਲ। ਇਹ ਵਧੀਆ ਇੱਕ ਸੁਭਾਗ ਆ ਹੈ ਨਾ ਵੀ ਕੱਚੇ ਰਾਹ ਹੈਗੇ ਨੇ, ਹਰੇਕ ਸਾਲ ਸਾਡੇ ਦੌੜਾਂ ਹੁੰਦੀਆਂ ਨੇ, ਘੋੜਿਆਂ ਦੀਆਂ ਵੀ ਹੁੰਦੀਆਂ ਨੇ, ਬੱਚਿਆਂ ਦੀਆਂ, ਚਲੋ 30 ਸਾਲ ਬਾਅਦ ਐਤਕੀ ਹੋਈਆਂ ਨੇ, ਅਤੇ ਹੋਰ ਵੀ ਬਹੁਤ। ਹੁਣ ਆਪਣੇ ਕਿਵੇਂ ਕਬੱਡੀ ਕੱਪ ਆ ਰਿਹਾ 9 ਤਰੀਕ ਦਾ, ਉਹ ਤਾਂ ਆਪਣੇ ਉਹਦੇ ਕਹਿਣਾ ਘਰ ਵਾਲਾ ਹੀ ਕੰਮ ਆ, ਆਪਣੇ ਵੀਰੇ ਹੋਣੀ, ਕਾਂਤੇ ਵੀਰੇ ਹੋਣੀ, ਦੌਲਤ ਵੀਰੇ ਹੋਣੀ ਸਾਰੇ ਕਰਾ ਰਹੇ ਨੇ ਬਾਹਰੋਂ ਹੀ ਸਹਿਯੋਗ ਦੇ ਨਾਲ ਹੈ ਨਾ। ਜਿੰਨਾ ਕੁ ਸਾਨੂੰ ਵੀਰੇ ਹੋਣੀ ਸੇਵਾ ਲਾਉਂਦੇ ਨੇ, ਜਿੰਨਾ ਕੁ ਕਹਿੰਦੇ ਨੇ ਵੀ ਹਾਂ ਆਹ ਕੰਮ ਇੱਦਾਂ ਕਰ ਲਓ ਉੱਦਾਂ ਕਰ ਲਓ, ਆਪਾਂ ਕਰੀ ਜਾਂਦੇ ਹਾਂ। ਅਤੇ ਆਪਣੇ ਮਾਸਟਰ ਜੀ ਖੜ੍ਹੇ ਨੇ ਜੀ ਕਮੈਂਟਰੀ ਵਾਲੇ, ਅਤੇ ਆ ਗੱਡੀਆਂ ਇਹਨੂੰ ਕਹਿੰਦੇ ਨੇ ਜੀ ਬੈਲ ਗੱਡੀ, ਇਹ ਹੁੰਦੀ ਆ, ਦੇਖ ਲਓ ਤੁਸੀਂ। ਜਿਹੜੇ ਵੀਰਾਂ ਨੂੰ ਨਹੀਂ ਪਤਾ ਤਾਂ ਇਹ ਚੀਜ਼ ਨੂੰ ਦੇਖ ਲਓ ਵੀ ਇਹਦੇ ਮੂਹਰੇ ਦੋ ਬੈਲ ਲੱਗਦੇ ਹੁੰਦੇ ਨੇ ਜੀ, ਦੋ ਬੱਚਿਆਂ ਨਾਲ ਅਟੈਚ ਹੋ ਕੇ ਇਹ ਚੱਲਦੀ ਆ, ਠੀਕ ਆ ਜੀ। ਅਤੇ ਆਹ ਦੇਖੋ ਤੁਸੀਂ ਬੱਚੇ ਭੱਜਦੇ, ਇੱਦਾਂ ਭਜਾਈਆਂ ਜਾਂਦੀਆਂ ਨੇ ਜੀ ਬੈਲ ਗੱਡੀਆਂ। ਆਹ
ਇਹ ਬੱਚੇ ਵਿਚਾਰੇ ਛੋਟੇ ਨੇ ਤਾਂ ਕਰਕੇ ਥੋੜ੍ਹੇ ਜਿਹੇ ਟਾਈਮ ਦਾ ਫਰਕ ਹੁੰਦਾ ਵਾ, ਵੱਡੇ ਬੱਚੇ ਥੋੜ੍ਹੇ ਜਿਹੇ ਤੇਜ਼ ਭੱਜਦੇ ਨੇ। ਅਤੇ ਆਪਣੇ ਪਿੰਡ ਪਹਿਲੇ 31 ਬੱਚਿਆਂ ਨੂੰ ਨਾਮ ਰੱਖਿਆ ਗਿਆ ਸੀਗਾ ਅਤੇ 31 ਬੱਚਿਆਂ ਨੂੰ ਹੀ ਝੁੱਲ ਦਿੱਤੇ ਜਾਣੇ ਸੀਗੇ, ਜੋ ਬੰਨਿਆ ਗਿਆ ਸੀਗਾ ਇਨਾਮ। ਠੀਕ ਆ ਜੀ। ਅਤੇ ਆਪਣੇ ਬਹੁਤ ਦੂਰ ਦੂਰ ਤੋਂ ਲੋਕ ਭਜਾਉਣ, ਹਰਿਆਣੇ ਤੋਂ ਬਹੁਤ ਵੀਰ ਆਏ ਸੀਗੇ ਬੱਚੇ ਭਜਾਉਣ ਵਾਸਤੇ। ਉੱਧਰ ਇਹ ਚੀਜ਼ਾਂ ਦਾ ਹਲੇ ਵੀ ਉਤਸ਼ਾਹ ਹੈ, ਹੈ ਨਾ। ਉੱਧਰ ਬਹੁਤ ਲੋਕ ਇਹ ਚੀਜ਼ ਨੂੰ ਪਸੰਦ ਕਰਦੇ ਨੇ। ਉੱਧਰ ਕਾਫੀ ਫਰਕ ਆ, ਸੱਭਿਆਚਾਰ ਨਾਲ ਬਹੁਤ ਜੁੜੇ ਹੋਏ ਨੇ ਉਹ ਲੋਕ ਹਲੇ ਵੀ। ਆ ਦੇਖ ਸਕਦੇ ਹੋ ਤੁਸੀਂ ਬੱਚੇ ਕਿੰਨੇ ਵਧੀਆ ਭੱਜ ਰਹੇ ਨੇ। ਆਪਣੇ ਟਾਈਮ ਲੱਗਿਆ ਜੀ ਪਹਿਲੇ ਬੱਚੇ ਦਾ, ਬਾਟ ਤਾਂ ਹੁਣ ਦੇਖ ਲਓ ਵੀ 4-5 ਕਿੱਲਿਆਂ ਦੀ ਸੀਗੀ ਛੋਟੇ ਬੱਚੇ ਦੀ, ਤਾਂ ਕਰਕੇ ਘੱਟ ਰੱਖੀ ਹੋਈ ਸੀਗੀ ਬਾਟ। ਅਤੇ ਪਹਿਲੇ ਬੱਚੇ ਦਾ ਜਿਹੜਾ ਲੱਗਿਆ ਹੈ ਨਾ ਟਾਈਮ, ਉਹ ਲੱਗਿਆ 17:97। ਠੀਕ ਆ ਜੀ। ਅਤੇ ਦੂਜੇ ਬੱਚੇ ਦਾ ਜਿਹੜਾ ਟਾਈਮ ਲੱਗਿਆ ਹੈ ਉਹ ਲੱਗਿਆ ਹੈ 18:31, 18 ਸਕਿੰਟ ਅਤੇ 31 ਸ਼ਹਿਰੀਆਂ। ਠੀਕ ਆ ਜੀ। ਅਤੇ ਆਪਣੇ ਸਾਰਿਆਂ ਨੂੰ 31 ਦੇ 31 ਇਨਾਮ ਜਿੰਨੇ ਵੀ ਕਮੇਟੀ ਮੈਂਬਰ ਵੱਲੋਂ ਬੰਨੇ ਹੋਏ ਸੀਗੇ ਉਹ ਸਾਰੇ ਬੰਦਿਆਂ ਨੂੰ ਦਿੱਤੇ ਗਏ। ਅਤੇ ਬਹੁਤ ਸਤਿਕਾਰ ਨਾਲ ਲੋਕਾਂ ਨੇ ਖੇਡਾਂ ਦੇਖੀਆਂ, ਬਹੁਤ ਦੂਰੋਂ ਦੂਰੋਂ ਲੋਕ ਆਏ ਸੀਗੇ। ਅਤੇ ਲੰਗਰ ਦਾ ਵੀ ਬਹੁਤ ਵਧੀਆ ਪ੍ਰਬੰਧ ਕੀਤਾ ਹੋਇਆ ਸੀ, ਲਾਈਵ ਚੱਲਦਾ ਰਿਹਾ ਸਾਰਾ ਦਿਨ ਖਾਲਸਾ TV 'ਤੇ। ਜਿਹੜੇ ਮੇਰੇ ਵੀਰਾਂ ਨੇ ਨਹੀਂ ਦੇਖਿਆ ਜਾਂ ਜਿਹੜੇ ਮੇਰੇ ਵੀਰ ਸ਼ੌਂਕ ਰੱਖਦੇ ਨੇ ਹੈ ਨਾ ਦੌੜਾਂ ਦੇਖਣ ਦਾ, ਤਾਂ ਉਹ ਖਾਲਸਾ TV 'ਤੇ ਦੇਖ ਸਕਦੇ ਆ ਜਾ ਕੇ 25 ਤਰੀਕ ਦਿਨ ਸ਼ਨੀਵਾਰ। ਠੀਕ ਆ ਜੀ। ਉਹਦੇ 'ਤੇ ਜਾ ਕੇ ਸਾਰੇ ਵੀਰ ਮੇਰੇ ਦੇਖ ਸਕਦੇ ਨੇ। ਸੋ ਇਹ ਸੀਗੀ ਜੀ ਜਾਣਕਾਰੀ ਆਪਣੀ ਖੇਡ ਬਾਰੇ ਜੋ ਪਿੰਡ ਹੋਈ ਸੀ 25 ਤਰੀਕ ਨੂੰ ਦਿਨ ਸ਼ਨੀਵਾਰ ਨੂੰ। ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਆਪਣੇ ਬਹੁਤ ਵਧੀਆ ਢੰਗ ਦੇ ਨਾਲ 9 ਤਰੀਕ ਨੂੰ ਕਬੱਡੀ ਕੱਪ ਹੋ ਰਿਹਾ, ਬਹੁਤ ਵਧੀਆ ਟੀਮਾਂ ਪਹੁੰਚ ਰਹੀਆਂ, ਸਾਰੇ ਵੀਰਾਂ ਨੇ ਉੱਥੇ ਪਹੁੰਚਣ ਦੀ ਕਿਰਪਾਲਤਾ ਕਰਨੀ। ਸਤਿ ਸ਼੍ਰੀ ਅਕਾਲ।